ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਮਾਲਵਾ ਨਿਊਜ਼ ਤੇ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ। ਸੋ ਦੋਸਤੋ ਅੱਜ ਖਾਸ ਖਬਰ ਹੈ ਤਲਵੰਡੀ ਸਾਬੋ ਤੋਂ, ਜਿੱਥੇ ਯੰਗ ਬਲੱਡ ਅਕੈਡਮੀ ਵੱਲੋਂ ਤੀਆਂ ਤੀਜ ਦੀਆਂ ਦਾ ਤਿਉਹਾਰ ਬੜੇ ਹੀ ਸੋਹਣੇ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਯੰਗ ਬਲੱਡ ਅਕੈਡਮੀ ਦੇ ਓਨਰ ਆਰਮੀ ਕੋਚ ਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਉਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਇਹ ਤਿਉਹਾਰ ਮਨਾਇਆ ਗਿਆ ਹੈ, ਜਿਸ ਵਿੱਚ ਅਕੈਡਮੀ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਪੁਰਾਣੇ ਸੱਭਿਆਚਾਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਪ੍ਰੋਗਰਾਮ ਵਿੱਚ SHO ਤਲਵੰਡੀ ਸਾਬੋ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦਾ ਪਰਿਵਾਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਸੀ। ਸੋ ਇਸ ਮੌਕੇ ਲੜਕੀਆਂ ਨੇ ਬੋਲੀਆਂ ਪਾ ਕੇ ਨੱਚਣ ਨਾਲ ਪੁਰਾਣੇ ਗਿੱਧੇ ਦੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਕਰ ਦਿੱਤਾ। ਓਨਰ ਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਜੀਕਲ ਟ੍ਰੇਨਰ ਗੁਰਸ਼ਰਨ ਰੇਡਰ, ਕੋਚ ਗੁਰਸੇਵਕ ਸਿੰਘ, ਐਕਸ ਸੂਬੇਦਾਰ ਕਸ਼ਮੀਰ ਸਿੰਘ, ਗਰਲਜ਼ ਟ੍ਰੇਨਰ ਪੂਜਾ, ਨੈਸ਼ਨਲ ਮੈਡਲਿਸਟ, ਲੜਕੀਆਂ ਦੇ PG ਇੰਚਾਰਜ ਸੀਰਤ ਕੌਰ, ਸੁੱਖ ਲੇਡੀਜ਼ ਗਰੁੱਪ ਸੁਖਦੀਪ ਕੌਰ ਦਾ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਸੋ ਆਰਮੀ ਕੋਚ ਮਨਦੀਪ ਸਿੰਘ ਨੇ ਦੱਸਿਆ ਕਿ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਹਰ ਵਾਰ ਇਹ ਪ੍ਰੋਗਰਾਮ ਕਰਵਾਇਆ ਕਰਾਂਗੇ। ਪਹੁੰਚੀਆਂ ਹੋਈਆਂ ਜ਼ਿੰਮੇਵਾਰ ਸ਼ਖਸੀਅਤਾਂ ਦਾ ਇਸ ਮੌਕੇ ਮਾਣ ਸਨਮਾਨ ਵੀ ਕੀਤਾ ਗਿਆ। ਸੋ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਇਹ ਪ੍ਰੋਗਰਾਮ ਆਪਣੀਆਂ ਇਮੈਂਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸੋ ਕਹਿ ਸਕਦੇ ਹਾਂ ਕਿ ਯੰਗ ਬਲੱਡ ਅਕੈਡਮੀ ਤਲਵੰਡੀ ਸਾਬੋ ਨੱਤ ਰੋਡ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਬੜਾ ਹੀ ਸ਼ਲਾਘਾਯੋਗ ਕਦਮ ਸੀ, ਜਿਸ ਨਾਲ ਲੜਕੀਆਂ ਅਤੇ ਲੜਕਿਆਂ ਨੂੰ ਇਕੱਠੇ ਇੱਕ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਨਾਲ ਲੜਕੀਆਂ ਨੂੰ ਤੀਆਂ ਵਾਲੀਆਂ ਯਾਦਾਂ ਮੁੜ ਤੋਂ ਸੁਰਜੀਤ ਕਰਨ ਦਾ ਮੌਕਾ ਮਿਲ ਗਿਆ। ਸੋ ਕਹਿ ਸਕਦੇ ਹਾਂ ਕਿ ਇਸ ਪ੍ਰੋਗਰਾਮ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਉੱਥੇ ਹੀ ਕਹਿ ਸਕਦੇ ਹਾਂ ਕਿ ਓਨਰ ਮਨਦੀਪ ਸਿੰਘ ਇਸ ਪ੍ਰੋਗਰਾਮ ਲਈ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇੰਨਾ ਵੱਡਾ ਪ੍ਰੋਗਰਾਮ ਕਰਵਾਇਆ। SHO ਤਲਵੰਡੀ ਸਾਬੋ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ। ਹਾਂਜੀ, ਅੱਜ ਜੋ ਯੰਗ ਬਲੱਡ ਅਕੈਡਮੀ ਦੇ ਵਿੱਚ ਤੀਆਂ ਦਾ ਵੀ ਤਿਉਹਾਰ ਮਨਾਇਆ ਗਿਆ ਔਰ ਵੱਖ ਵੱਖ ਵੰਨਗੀਆਂ ਜਿਹੜੀਆਂ ਇੱਥੇ ਪੇਸ਼ ਕੀਤੀਆਂ ਗਈਆਂ ਨੇ। ਸੋ ਤਲਵੰਡੀ ਸਾਬੋ ਤੋਂ ਸਾਡੇ ਸਤਿਕਾਰਯੋਗ SHO ਸਾਹਿਬ ਵੀ ਜੁੜੇ ਹੋਏ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿੱਦਾਂ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ। ਹਾਂਜੀ, ਮੈਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਜੋ ਇਹਨਾਂ ਦੇ ਨਿਰਮਾਤਾ ਹੈ, ਜੋ ਚਲਾ ਰਹੇ ਆ ਸੰਸਥਾ ਨੂੰ, ਉਹ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਉਹਨਾਂ ਦੇ ਸਿਕਿਉਰਿਟੀ 'ਤੇ ਰਹੇ ਅਤੇ ਬਹੁਤ ਤਜਰਬੇਕਾਰ ਅਫਸਰ ਹੈ। ਮੈਨੂੰ ਉਮੀਦ ਹੈ ਵੀ ਜੋ ਬੱਚੇ ਨੂੰ ਟ੍ਰੇਨਿੰਗ ਦਿੰਦੇ ਆ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਣਗੇ, ਪਰਮਾਤਮਾ ਜ਼ਰੂਰ ਸਾਥ ਦੇਊਗਾ ਇਹਨਾਂ ਦਾ। ਅੱਜ ਜੋ ਬੱਚਿਆਂ ਨੇ ਲੜਕੀਆਂ ਨੇ ਪ੍ਰੋਗਰਾਮ ਕੀਤਾ, ਕਿੱਦਾਂ ਦੀ ਰਹੀ ਸਾਰੀ ਪਰਫਾਰਮੈਂਸ? ਬਹੁਤ ਵਧੀਆ ਰਹੀ ਜੀ, ਮਨ ਨੂੰ ਬੜੀ ਖੁਸ਼ੀ ਹੋਈ, ਸਮੇਤ ਪਰਿਵਾਰ ਮੈਂ ਸ਼ਾਮਿਲ ਕੀਤਾ ਅਤੇ ਛੋਟੇ ਬੱਚਿਆਂ ਨੇ ਵੀ ਬਹੁਤ ਉਤਸਾਹ ਨਾਲ ਕੰਮ ਕੀਤਾ। ਇਹ ਪਰਮਾਤਮਾ ਅੱਗੇ ਬੇਨਤੀ ਹੈ ਵੀ ਉੱਚੀਆਂ ਬੁਲੰਦਾਂ ਤੱਕ ਸਾਰੇ ਪਰਿਵਾਰ ਦੇ ਬੱਚੇ ਪਹੁੰਚਣ। ਬਹੁਤ ਸੋਹਣਾ ਪ੍ਰੋਗਰਾਮ ਰਿਹਾ, ਅਗਲੀ ਵਾਰੀ ਫਿਰ ਕਿਸੇ ਪ੍ਰੋਗਰਾਮ 'ਚ ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਤੁਹਾਡੇ ਆਪਣੇ ਜਸਵੀਰ ਸਿੱਧੂ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਸਾਰੇ ਦਰਸ਼ਕ। ਸੋ ਅੱਜ ਅਸੀਂ ਜੋ ਇੱਥੇ ਪ੍ਰੋਗਰਾਮ ਦੇਖ ਰਹੇ ਹਾਂ ਯੰਗ ਬਲੱਡ ਅਕੈਡਮੀ ਦਾ, ਬਹੁਤ ਵੱਡਾ ਉਪਰਾਲਾ ਕਿਹਾ ਜਾ ਸਕਦਾ ਅਤੇ ਤੀਆਂ ਦਾ ਤਿਉਹਾਰ ਵੀ ਮਨਾਇਆ ਗਿਆ। ਯੰਗ ਬਲੱਡ ਅਕੈਡਮੀ ਦੇ ਜਿਹੜੇ ਓਨਰ ਨੇ ਸਾਡੇ ਨਾਲ ਜੁੜੇ ਹੋਏ ਨੇ, ਆਪਾਂ ਜਾਣਦੇ ਹਾਂ ਕਿ ਅੱਜ ਜਿਹੜਾ ਪ੍ਰੋਗਰਾਮ ਸੀ ਉਹਦਾ ਕੀ ਮਕਸਦ ਸੀ, ਕਿਸ ਤਰੀਕੇ ਨਾਲ ਇਹ ਪ੍ਰੋਗਰਾਮ ਹੈ ਜਿਹੜਾ ਸਾਰਾ ਨੇਪਰੇ 'ਚ ਰਿਹਾ? ਸੋ ਕੀ ਸ਼ੁਭਨਾਮਾ ਤੁਹਾਡਾ ਜੀ? ਹਾਂਜੀ ਸਰ, ਮੇਰਾ ਨਾਮ ਮਨਦੀਪ ਸਿੰਘ ਹੈ। ਮੈਨੂੰ 2 ਸਾਲ ਹੋ ਗਏ ਸਰ ਤਕਰੀਬਨ ਫੌਜ 'ਚੋਂ ਆਏ ਨੂੰ, ਆਉਂਦੇ ਤਕਰੀਬਨ ਲੋਕਡਾਊਨ ਹੋ ਗਿਆ, ਥੋੜ੍ਹਾ ਦਿੱਕਤਾਂ ਵੀ ਆਈਆਂ, ਪਰ ਐਜ਼ ਏ ਮੈਂ ਸੁਪਨਾ ਲੈ ਕੇ ਆਇਆ ਸੀ ਵੀ ਮੈਂ ਸੇਵਾ ਕਰਨੀ ਹੈ। ਐਜ਼ ਏ ਜ਼ਿਆਦਾਤਰ ਬੇਟੀਆਂ ਦਾ ਬਹੁਤ ਸੀਗੇ ਇਸ ਏਰੀਏ 'ਚ ਨਾ, ਥੋੜ੍ਹਾ ਬੇਟੀਆਂ ਦੇ ਵੱਲ ਧਿਆਨ ਘੱਟ ਦਿੱਤਾ ਜਾਂਦਾ, ਇਸ ਕਰਕੇ ਮੈਂ ਬੱਚਿਆਂ ਦਾ ਇੱਕ ਟ੍ਰੇਨਿੰਗ ਸੈਂਟਰ ਖੋਲ੍ਹਿਆ, ਜਿਹਦੇ ਵਿੱਚ ਗਰੀਬ ਬੱਚਿਆਂ ਲਈ ਬਹੁਤ ਰੋਟੀ ਪਾਣੀ ਦੇ ਖਰਚੇ 'ਤੇ ਮੈਂ ਇਹ ਸੰਸਥਾ ਚਲਾਈ, ਔਰ ਖਾਸ ਕਰ ਬੇਟੀਆਂ ਲਈ ਬਹੁਤ ਉਪਰਾਲਾ ਕੀਤਾ ਵੀ ਚਲੋ ਬੇਟੀਆਂ ਨੂੰ ਵੀ ਵਧੀਆ ਮਾਹੌਲ ਮਿਲੇ ਔਰ ਵਧੀਆ ਟ੍ਰੇਨਿੰਗ ਕਰ ਸਕਣ ਔਰ ਆਪਦੀ ਮੰਜ਼ਿਲ ਨੂੰ ਪਾ ਸਕਣ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੀ ਮਕਸਦ ਨੂੰ ਲੈ ਕੇ ਇੱਥੇ ਰੱਖਿਆ ਹੈਗਾ, ਕਿ ਤੀਆਂ ਦਾ ਵੀ ਨਾਲ ਨਾਲ ਤੁਸੀਂ ਜਿਹੜਾ ਤਿਉਹਾਰ ਹੈ ਉਹ SHO ਸਾਹਿਬ ਵੀ ਇੱਥੇ ਆਏ, ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਨਾ, ਕਿੱਦਾਂ ਦਾ ਰਿਹਾ ਸਾਰਾ ਪ੍ਰੋਗਰਾਮ? ਹਾਂਜੀ ਸਰ, ਅੱਜ ਇੱਕ ਆਪਣਾ 15 ਅਗਸਤ ਬੜੀ ਖੁਸ਼ੀ ਦਾ ਦਿਨ ਸੀਗਾ ਔਰ ਉਸ ਦੇ ਨਾਲ ਬੇਟੀਆਂ ਦਾ ਵੀ ਸੀਗਾ ਕਈ ਦਿਨਾਂ ਦਾ ਪ੍ਰੋਗਰਾਮ ਵੀ ਸਰ ਅਸੀਂ ਤੀਆਂ ਮਨਾਉਣੀਆਂ ਔਰ ਬੇਟੀਆਂ ਦੀ ਖੁਸ਼ੀ ਲਈ ਤਾਂ ਅਸੀਂ ਹਾਜ਼ਰ ਹਾਂ ਸਰ, ਔਰ ਉਹਨਾਂ ਨੇ ਕਿਹਾ, ਮੈਂ ਕਿਹਾ ਸਾਨੂੰ ਵੀ ਇਹ ਲੱਗਿਆ ਸੀ ਇਹ ਪ੍ਰੋਗਰਾਮ ਹੈ ਜਿਹੜਾ ਅਸੀਂ ਰੱਖਿਆ ਸਰ, ਵੀ ਨਾਲ ਹੀ ਤੀਆਂ ਦਾ ਪੂਰਾ ਪ੍ਰੋਗਰਾਮ ਕਲਚਰ ਪ੍ਰੋਗਰਾਮ ਇਹ ਕਰਵਾਇਆ ਗਿਆ ਸਰ ਔਰ ਨਾਲ ਹੀ 15 ਅਗਸਤ ਦਾ ਜਿਹੜਾ ਪ੍ਰੋਗਰਾਮ ਮਨਾਇਆ ਗਿਆ।
ਸੋ ਇਹ ਨੇ ਕਿ ਜੰਗ ਬਲੱਡ ਅਕੈਡਮੀ ਦੇ ਓਨਰ ਨੇ ਸੋ ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਗਰੀਬ ਬੱਚਿਆਂ ਵੱਲੋਂ ਵੀ ਨਾਲ ਨਾਲ ਇਸ ਚੀਜ਼ ਦੀ ਇਹ ਟ੍ਰੇਨਿੰਗ ਦੇ ਰਿਹਾ ਔਰ ਤੀਆਂ ਦਾ ਤਿਉਹਾਰ ਵੀ 15 ਅਗਸਤ ਨੂੰ ਲੈ ਕੇ ਮਨਾਇਆ ਗਿਆ ਸੋ ਅਗਲੀ ਵਾਰੀ ਫਿਰ ਕਿਸੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਜੰਗ ਬਲੱਡ ਅਕੈਡਮੀ ਦੇ ਸਾਡੇ ਨਾਲ ਸਟੂਡੈਂਟ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਅਤੇ ਕੀ ਮਹਿਸੂਸ ਕਰਦੇ ਨੇ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸੋ ਕੀ ਸ਼ੁਭ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨਦੀਪ ਕੌਰ ਹੈ ਜੀ ਮੈਂ ਇਸ ਅਕੈਡਮੀ ਦੀ 1.5 ਮਹੀਨੇ ਤੋਂ ਸਟੂਡੈਂਟ ਆਈ ਅੱਜ ਅਸੀਂ ਤੀਜ ਦੇ ਫੰਕਸ਼ਨ ਨੂੰ ਲੈ ਕੇ ਅਤੇ ਆਪਣੇ ਇੰਡੀਪੈਂਡੈਂਸ ਡੇ ਦੇ ਫੰਕਸ਼ਨ ਨੂੰ ਲੈ ਕੇ ਅਸੀਂ ਦੋਨੋਂ ਕੰਬਾਈਨ ਫੰਕਸ਼ਨ ਕੀਤੇ ਸੀ ਇਹ ਫੰਕਸ਼ਨ ਸਾਡਾ ਬਹੁਤ ਹੀ ਵਧੀਆ ਰਿਹਾ ਇਸ ਦਾ ਮੇਨ ਮੋਟਿਵ ਸਾਡਾ ਇਹੀ ਸੀ ਕਿ ਜਿਹੜੇ ਵੀ ਗਰਲਜ਼ ਨੂੰ ਪਿੱਛੇ ਰੱਖਦੇ ਹੈਗੇ ਗਰਲਜ਼ ਨੂੰ ਉਹ ਸਾਰੇ ਅੱਗੇ ਲਿਆਉਣਾ ਮੇਨ ਪੰਜਾਬ ਦੇ ਵਿੱਚ ਇਹ ਹੁੰਦਾ ਜੀ ਗਰਲਜ਼ ਨੂੰ ਪੇਰੈਂਟਸ ਸੋਚਦੇ ਆ ਵੀ ਆਰਮੀ ਦੇ ਵਿੱਚ ਵੀ ਗਰਲਜ਼ ਨਹੀਂ ਜਾ ਸਕਦੀਆਂ ਪੰਜਾਬ ਪੁਲਿਸ ਦੀ ਜੋਬ ਵੀ ਉਹਨਾਂ ਲਈ ਨਹੀਂ ਸਹੀ ਹੈਗੀ ਪਰ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿੰਨਾ ਜ਼ਿਆਦਾ ਫੀਲਡ ਦੇ ਵਿੱਚ ਗਰਲਜ਼ ਆਉਣਗੀਆਂ ਗਰਲਜ਼ ਲਈ ਉਨੀ ਹੀ ਸੇਫਟੀ ਜ਼ਿਆਦਾ ਹੋਊਗੀ ਜੇ ਆਪਾਂ ਆਪਣੀਆਂ ਗਰਲਜ਼ ਨੂੰ ਸੇਫ ਰੱਖਣਾ ਚਾਹੁੰਦੇ ਹਾਂ ਤਾਂ ਹਰ ਇੱਕ ਫੀਲਡ ਦੇ ਵਿੱਚ ਗਰਲਜ਼ ਨੂੰ ਪਾਉਣਾ ਬਹੁਤ ਹੀ ਜ਼ਰੂਰੀ ਹੈ ਜੀ ਅਤੇ ਇਹ ਜਿਹੜਾ ਪ੍ਰੋਗਰਾਮ ਹੋਇਆ ਹੈ ਨਾ ਅਤੇ ਇਹਦੇ ਟ੍ਰੇਨਿੰਗ ਮਿਲਦੀ ਹੈ ਕਿਸ ਤਰ੍ਹਾਂ ਦੀ ਟ੍ਰੇਨਿੰਗ ਹੈ ਅੱਗੇ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹਾਂਜੀ ਸਾਡੇ ਕੋਚ ਮਨਦੀਪ ਸਰ ਜੀ ਸਾਡੇ ਇੱਕ ਗਰਲਸ ਦੇ ਕੋਚ ਹੈਗੇ ਮੈਡਮ ਉਹ ਵੀ ਏਸ਼ੀਅਨ ਮੈਡਲਿਸਟ ਹੈ ਜੀ ਸਾਨੂੰ ਬਹੁਤ ਹੀ ਪ੍ਰੋਪਰ ਕੋਚਿੰਗ ਦੇ ਰਹੇ ਹੈ ਜੀ ਸਾਡੇ ਕੋਲ ਹੀ ਆਰਮੀ ਵਾਲੀਆਂ ਬੱਚੀਆਂ ਵੀ ਹੈਗੀਆਂ ਗਾ ਅਸੀਂ ਪੰਜਾਬ ਪੁਲਿਸ ਲਈ ਤਿਆਰੀ ਕਰ ਰਹੇ ਹਾਂ SI ਦੀ ਤਿਆਰੀ ਕਰ ਰਹੇ ਹਾਂ ਜੀ ਇਹਦੇ ਵਿੱਚ ਹੀ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਜਿਹੜਾ ਕਿ ਕੈਂਪ ਦੇ ਵਿੱਚ ਕੰਡੀਸ਼ਨਸ ਅਪਲਾਈ ਹੁੰਦੀਆਂ ਗਾ ਸਾਨੂੰ ਸਰ ਹਰ ਇੱਕ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਨੂੰ ਕੈਂਪ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਇਸ ਲਈ ਸਾਨੂੰ ਸਾਰੀ ਦੀ ਸਾਰੀ ਪ੍ਰੈਕਟਿਸ ਇੱਥੇ ਹੀ ਕਰਵਾਈ ਜਾ ਰਹੀ ਹੈ ਕਿ ਕੱਲ੍ਹ ਨੂੰ ਕੈਂਪ ਦੇ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਅਸੀਂ ਐਕਸੀਲੈਂਟ ਪਰਫੋਰਮੈਂਸ ਦੇ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਸ਼ੁਕਰੀਆ ਸੋ ਇੱਧਰ ਲਿਆ ਕੈਮਰਾ ਰੱਖਾਂਗੇ ਸੋ ਇਹ ਸਨ ਹੈ ਜਿਹੜੇ ਸਟੂਡੈਂਟ ਨੇ ਯੰਗ ਬਲੱਡ ਅਕੈਡਮੀ ਦੇ ਇਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਬਹੁਤ ਅੱਛੀ ਹੈ ਇੱਥੇ ਜਿਹੜੀ ਵੱਖ ਵੱਖ ਕਿੱਤਿਆਂ ਦੀ ਇੱਥੇ ਫੌਜ ਦੀ ਭਰਤੀ ਦੇ ਲਈ ਪੁਲਿਸ ਦੀ ਭਰਤੀ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਖੇਤਰਾਂ ਦੇ ਵਿੱਚ ਜਾਣ ਲਈ ਯੰਗ ਬਲੱਡ ਅਕੈਡਮੀ ਦੇ ਵਿੱਚ ਟ੍ਰੇਨਿੰਗ ਹੈ ਜਿਹੜੀ ਦਿੱਤੀ ਜਾਂਦੀ ਹੈ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਆਖਰੀ ਸਿਖਰਾਂ ਨੂੰ ਸੋਹਣਾ ਹੋਇਆ ਬਹੁਤ ਸੋਹਣੇ ਢੰਗ ਨਾਲ ਸਮਾਪਤ ਹੋ ਗਿਆ